ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਰਸ਼ੀਆ ਦੇ ਵਿੱਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਇਨਕਲਾਬ ਆਇਆ ਜਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਹਜ਼ਾਰਾਂ ਲੋਕਾਂ ਉੱਤੇ ਗੋਲੀਆਂ ਚਲਵਾਈਆਂ ਸੀ ਉਸੇ ਤਰ੍ਹਾਂ ਜ਼ਾਰ ਨਿਕੋਲਸ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਸ ਦਿਨ ਨੂੰ ਅੱਜ ਵੀ ਰਸ਼ੀਆ ਦੇ ਅੰਦਰ ਬਲੱਡੀ ਸੰਡੇ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ ਪਰ ਉੱਥੇ ਕਬਜ਼ਾ ਕਰਨਾ ਤਾਂ ਦੂਰ ਦੀ ਗੱਲ ਉਹਨੇ ਤਾਂ ਆਪਣਾ ਰਸ਼ੀਅਨ ਅੰਪਾਇਰ ਵੀ ਗਵਾ ਲਿਆ ਦੋਸਤੋ ਰਸ਼ੀਆ ਦਾ ਬਾਦਸ਼ਾਹ ਜ਼ਾਰ ਨਿਕੋਲਸ ਦਾ ਸੈਕਿੰਡ ਆਪਣੀ ਵਾਈਫ ਅਲੈਗਜ਼ੈਂਡਰਾ ਦੇ ਦਬਾਅ ਹੇਠ ਸੀ ਤੇ ਉਸ ਦੀ ਵਾਈਫ ਰੈਸਪੂਟਿਨ ਨਾਮ ਦੇ ਕਿਸੇ ਇਨਸਾਨ ਦੇ ਇਨਫਲੂਐਂਸ ਵਿੱਚ ਸੀਗੀ ਇਹ ਕਹਿਣਾ ਵੀ ਗਲਤ ਨਹੀਂ ਹੋਊਗਾ ਕਿ ਰੈਸਪੂਟਿਨ ਹੀ ਉਸ ਵਕਤ ਸਰਕਾਰ ਚਲਾ ਰਿਹਾ ਸੀ ਤੇ ਰੈਸਪੂਟਿਨ ਅਤੇ ਉਸ ਦੀ ਵਾਈਫ ਅਲੈਗਜ਼ੈਂਡਰਾ ਦੇ ਅਫੇਅਰ ਦੇ ਚਰਚੇ ਗਲੀਆਂ ਵਿੱਚ ਆਮ ਸੀਗੇ ਤੇ ਜ਼ਾਰ ਨਿਕੋਲਸ ਦਾ ਸੈਕਿੰਡ ਨੂੰ ਰਾਜ ਗੱਦੀ ਛੱਡਣ ਤੇ ਮਜਬੂਰ ਕਰ ਦਿੱਤਾ ਜਾਂਦਾ ਤੇ ਇਸ ਤਰ੍ਹਾਂ ਸੈਂਕੜੇ ਸਾਲਾਂ ਤੋਂ ਚੱਲ ਰਹੀ ਰੋਮਨੋਵ ਡਾਇਨੈਸਟੀ ਦਾ ਰਸ਼ੀਆ ਵਿੱਚ ਅੰਤ ਹੋ ਜਾਂਦਾ ਤੇ ਆਪਣੀ ਸਰਕਾਰ ਦੇ ਵਿੱਚ ਉਹ ਆਪਣਾ ਲੀਡਰ ਚੁਣਦੇ ਨੇ ਜਿਸ ਦਾ ਨਾਮ ਹੁੰਦਾ ਹੈ ਵਲਾਦਿਮੀਰ ਲੈਨਿਨ ਦ ਹੀਰੋ ਆਫ ਰਸ਼ੀਅਨ ਰੈਵੋਲਿਊਸ਼ਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਨਿਰਵੈਰ ਵਿਜ਼ਡਮ ਹੱਬ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਰੈਵੋਲਿਊਸ਼ਨ ਬਾਰੇ ਜਿਸਨੇ ਦੁਨੀਆ ਦੀ ਪੋਲਿਟਿਕਸ ਤੇ ਸਭ ਤੋਂ ਵੱਧ ਪ੍ਰਭਾਵ ਪਾਇਆ ਰਸ਼ੀਅਨ ਰੈਵੋਲਿਊਸ਼ਨ ਇੱਕ ਹਥਿਆਰਬੰਦ ਸੰਘਰਸ਼ ਦੋਸਤੋ ਰੂਸ ਦਾ ਇਨਕਲਾਬ ਦੁਨੀਆ ਵਿੱਚ ਵਸਦੇ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਜਿਹੜੇ ਇਨਕਲਾਬੀ ਨੇ ਉਹਨਾਂ ਵਾਸਤੇ ਇੱਕ ਬਹੁਤ ਬੜੀ ਪ੍ਰੇਰਣਾ ਦਾ ਸਰੋਤ ਹੈ ਵੈਸੇ ਤਾਂ ਰਸ਼ੀਆ ਵਿੱਚ ਰੈਵੋਲਿਊਸ਼ਨ ਨੇ 1917 ਵਿੱਚ ਅੱਗ ਫੜੀ ਸੀ ਪਰ ਉਸ ਵਾਸਤੇ ਵਿਰੋਧ ਪਹਿਲਾਂ ਤੋਂ ਹੀ ਇਕੱਠਾ ਕਰਿਆ ਜਾ ਰਿਹਾ ਸੀ ਜ਼ਾਰ ਨਿਕੋਲਸ ਦਾ ਸੈਕਿੰਡ ਜੋ ਕਿ ਰੈਵੋਲਿਊਸ਼ਨ ਦੌਰਾਨ ਰਸ਼ੀਆ ਦੇ ਬਾਦਸ਼ਾਹ ਸੀਗੇ ਜ਼ਾਰ ਦਾ ਮਤਲਬ ਹੁੰਦਾ ਹੈ ਬਾਦਸ਼ਾਹ ਉਹ ਰਾਜਾਸ਼ਾਹੀ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀ ਦੋਸਤੋ 1900 ਦੇ ਰਸ਼ੀਆ ਦੇ ਹਾਲਾਤ ਫਰਾਂਸ ਦੇ 1780 ਵਾਲੇ ਹਾਲਾਤਾਂ ਨਾਲ ਬਹੁਤ ਮੇਲ ਖਾਂਦੇ ਨੇ ਜਦ ਬਾਦਸ਼ਾਹਤ ਇੱਕ ਇਨਸਾਨ ਕੋਲ ਹੁੰਦੀ ਹੈ ਜਦ ਹਕੂਮਤ ਕੇਵਲ ਇੱਕ ਇਨਸਾਨ ਕਰ ਰਿਹਾ ਹੁੰਦਾ ਤੇ ਨਵੇਂ ਨਵੇਂ ਇੰਟੈਲੈਕਚੁਅਲਸ ਉੱਭਰਨੇ ਸ਼ੁਰੂ ਹੋਏ ਹੁੰਦੇ ਨੇ ਜਿਹੜੇ ਅਜਿਹੀਆਂ ਗੱਲਾਂ ਕਰਦੇ ਨੇ ਕਿ ਸਮਾਜ ਦੇ ਵਿੱਚ ਜਿਹੜਾ ਹੁਕਮਰਾਨ ਹੈ ਉਹ ਲੋਕਾਂ ਨੂੰ ਜਵਾਬਦੇਹੀ ਹੋਣਾ ਚਾਹੀਦਾ ਆ ਹੁਕਮਰਾਨ ਲੋਕਾਂ ਦੁਆਰਾ ਚੁਣਿਆ ਜਾਣਾ ਚਾਹੀਦਾ ਆ ਸਮਾਜ ਵਿੱਚ ਬਰਾਬਰੀ ਹੋਣੀ ਚਾਹੀਦੀ ਆ ਲਿਬਰਲਿਜ਼ਮ ਇਕੁਆਲਿਟੀ ਟੋਲਰੈਂਸ ਅਜਿਹੀਆਂ ਗੱਲਾਂ ਕਰਨ ਵਾਲੇ ਲੋਕ ਉੱਭਰਨੇ ਸ਼ੁਰੂ ਹੋਏ ਸੀ ਸਮਾਜ ਵਿੱਚ ਨਵੀਂ ਨਵੀਂ ਜਾਗਰੂਕਤਾ ਆਉਣੀ ਸ਼ੁਰੂ ਹੋਈ ਸੀ ਤੇ ਜਦੋਂ ਸਮਾਜ ਵਿੱਚ ਜਾਗਰੂਕਤਾ ਆਉਣ ਲੱਗੇ ਤਾਂ ਸਮਝ ਲਓ ਕਿ ਇਨਕਲਾਬ ਆਉਣ ਵਾਲਾ ਹੈ ਰਸ਼ੀਆ ਦੇ ਇੰਟੈਲੈਕਚੁਅਲਸ ਚਾਹੁੰਦੇ ਸੀ ਕਿ ਜਿਵੇਂ ਵੈਸਟਰਨ ਯੂਰਪ ਦੇ ਵਿੱਚ ਬਦਲਾਵ ਆਏ ਨੇ ਉਹੋ ਜਿਹੇ ਬਦਲਾਵ ਰਸ਼ੀਆ ਵਿੱਚ ਵੀ ਆਉਣ 1900 ਤੋਂ ਪਹਿਲਾਂ ਮਜ਼ਦੂਰਾਂ ਨੇ ਕਈ ਬਗਾਵਤਾਂ ਕੀਤੀਆਂ ਸੀ ਲੇਕਿਨ ਹੁਕਮਰਾਨ ਹਰੇਕ ਬਗਾਵਤ ਨੂੰ ਦੱਬਣ ਵਿੱਚ ਸਫਲ ਰਹੇ ਸੀ ਪਰ ਇਹਨਾਂ ਬਗਾਵਤਾਂ ਦਾ ਸਭ ਤੋਂ ਵੱਧ ਫਾਇਦਾ ਇਹ ਹੋਇਆ ਕਿ ਸਰਫਡਮ ਖਤਮ ਹੋ ਗਿਆ ਸਰਫਡਮ ਰਸ਼ੀਆ ਵਿੱਚ ਇੱਕ ਅਜਿਹੀ ਚੀਜ਼ ਸੀਗੀ ਜਿਹਨੂੰ ਕਿ ਅਸੀਂ ਫਰਾਂਸ ਵਿੱਚ ਫਿਊਡਲਿਜ਼ਮ ਕਹਿੰਦੇ ਸੀ ਰਸ਼ੀਆ ਦਾ ਸਰਫਡਮ ਤੇ ਫਰਾਂਸ ਦਾ ਫਿਊਡਲਿਜ਼ਮ ਇੱਕੋ ਹੀ ਗੱਲ ਹੈ ਸਰਫਡਮ ਦਾ ਮਤਲਬ ਹੈ ਕਿ ਮਜ਼ਦੂਰਾਂ ਤੋਂ ਧੱਕੇ ਨਾਲ ਕੰਮ ਕਰਵਾਉਣਾ ਉਹਨਾਂ ਨੂੰ ਗੁਲਾਮਾਂ ਵਾਂਗ ਟ੍ਰੀਟ ਕਰਨਾ ਤੇ ਉਸ ਤੋਂ ਬਾਅਦ ਉਹਨਾਂ ਦੇ ਬਣਦੇ ਹੱਕ ਵੀ ਉਹਨਾਂ ਨੂੰ ਨਹੀਂ ਦੇਣਾ ਇਹ ਭਾਵੇਂ ਖਤਮ ਹੋ ਗਿਆ ਸੀ ਪਰ ਇਸ ਦਾ ਖਤਮ ਹੋਣਾ ਰਸ਼ੀਆ ਦੇ ਮਜ਼ਦੂਰਾਂ ਵਾਸਤੇ ਇੱਕ ਖੋਖਲੀ ਜਿੱਤ ਸਾਬਤ ਹੋਈ ਕਿਉਂਕਿ ਜ਼ਮੀਨੀ ਪੱਧਰ ਤੇ ਮਜ਼ਦੂਰਾਂ ਦਾ ਹਾਲੇ ਵੀ ਉਹੀ ਹਾਲ ਸੀ 19ਵੀਂ ਸਦੀ ਦੇ ਅੰਤ ਵਿੱਚ ਇੱਕ ਅੰਦੋਲਨ ਹੋਇਆ ਸੀ ਜਿਸ ਦਾ ਨਾਂ ਸੀ ਗੋਇੰਗ ਟੂ ਦ ਪੀਪਲ ਇਸ ਅੰਦੋਲਨ ਤੋਂ ਬਾਅਦ ਰਸ਼ੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਮਜ਼ਦੂਰ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ 1883 ਦੇ ਵਿੱਚ ਜਾਰਜ ਪਲੈਕਨੋਵ ਨੇ ਆਪਣੀ ਪਾਰਟੀ ਖੜੀ ਕੀਤੀ ਜਿਸ ਦਾ ਨਾਂ ਸੀ ਰਸ਼ੀਅਨ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਜਿਹੜੀ ਕਿ ਅੱਗੇ ਚੱਲ ਕੇ ਵਿਚਾਰਕ ਮਤਭੇਦ ਹੋਣ ਕਾਰਨ ਡਿਫਰੈਂਸ ਆਫ ਓਪੀਨੀਅਨ ਹੋਣ ਕਾਰਨ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਮੈਂਸ਼ਵਿਕਸ ਤੇ ਬੋਲਸ਼ਵਿਕਸ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਰਸ਼ੀਆ ਦੇ ਵਿੱਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਇਨਕਲਾਬ ਆਇਆ ਪਹਿਲਾ ਇਨਕਲਾਬ ਮੈਂਸ਼ਵਿਕਸ ਨੇ ਲਿਆਂਦਾ ਤੇ ਦੂਸਰਾ ਬੋਲਸ਼ਵਿਕਸ ਨੇ ਲਿਆਂਦਾ 19ਵੀਂ ਸਦੀ ਦੇ ਵਿੱਚ ਦੁਨੀਆ ਅੰਦਰ ਜਾਂ ਤਾਂ ਫਰਾਂਸ ਦੇ ਵਾਂਗ ਰਿਪਬਲਿਕ ਹੁੰਦੀ ਸੀ ਜਾਂ ਫਿਰ ਇੰਗਲੈਂਡ ਦੇ ਵਾਂਗ ਕਨਸਟੀਟਿਊਸ਼ਨਲ ਮੋਨਾਰਕੀ ਰਾਹੀਂ ਰਾਜ ਕੀਤਾ ਜਾਂਦਾ ਸੀ ਪਰ ਰਸ਼ੀਆ ਹਾਲੇ ਵੀ ਪੁਰਾਣੀ ਦੁਨੀਆ ਵਿੱਚ ਹੀ ਜੀ ਰਿਹਾ ਸੀ ਜਿੱਥੇ ਬਾਦਸ਼ਾਹ ਕੋਲ ਐਬਸੋਲੂਟ ਪਾਵਰ ਯਾਨੀ ਕਿ ਸਾਰੀਆਂ ਤਾਕਤਾਂ ਹੁੰਦੀਆਂ ਸੀ ਮੈਂਸ਼ਵਿਕਸ ਦਾ ਮੰਨਣਾ ਸੀ ਕਿ ਰਸ਼ੀਆ ਵਿੱਚ ਵੀ ਫਰਾਂਸ ਅਤੇ ਜਰਮਨੀ ਵਾਂਗ ਪਾਰਟਿਸਿਪੇਟਰੀ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ ਚੋਣਾਂ ਹੋਣੀਆਂ ਚਾਹੀਦੀਆਂ ਨੇ ਪਰ ਦੂਸਰੇ ਪਾਸੇ ਬੋਲਸ਼ਵਿਕਸ ਦਾ ਮੰਨਣਾ ਸੀ ਕਿ ਇੱਕ ਅਜਿਹਾ ਦੇਸ਼ ਜਿੱਥੇ ਲੋਕਾਂ ਕੋਲ ਆਪਣੇ ਡੈਮੋਕ੍ਰੈਟਿਕ ਰਾਈਟ ਹੋਣੇ ਤਾਂ ਦੂਰ ਦੀ ਗੱਲ ਹੈ ਉਹਨਾਂ ਨੂੰ ਆਪਣੇ ਡੈਮੋਕ੍ਰੈਟਿਕ ਰਾਈਟਸ ਦਾ ਜਮਾ ਪਤਾ ਵੀ ਨਹੀਂ ਹੈਗਾ ਉੱਥੇ ਪਾਰਟਿਸਿਪੇਟਰੀ ਇਲੈਕਸ਼ਨਸ ਦੀ ਗੱਲ ਕਰਨਾ ਅਤੇ ਉਸ ਦੀ ਬੁਨਿਆਦ ਤੇ ਪਾਰਟੀ ਨੂੰ ਆਰਗੇਨਾਈਜ਼ ਕਰਨਾ ਅਤੇ ਚੋਣਾਂ ਦੀ ਗੱਲ ਕਰਨਾ ਇਫੈਕਟਿਵ ਨਹੀਂ ਹੋਊਗਾ ਇਹ ਇੱਕ ਬਹੁਤ ਵੱਡੀ ਬੇਵਕੂਫੀ ਹੋਣੀ ਹੈ ਬੋਲਸ਼ਵਿਕ ਪਾਰਟੀ ਦੇ ਸਰਪ੍ਰਸਤ ਵਲਾਦਿਮੀਰ ਲੈਨਿਨ ਜਿਨ੍ਹਾਂ ਨੂੰ ਕਿ ਰਸ਼ੀਅਨ ਰੈਵੋਲਿਊਸ਼ਨ ਦਾ ਹੀਰੋ ਵੀ ਆਖਿਆ ਜਾਂਦਾ ਹੈ ਉਹ ਬੋਲਸ਼ਵਿਕ ਪਾਰਟੀ ਨੂੰ ਇਨਕਲਾਬ ਲਿਆਉਣ ਵਾਸਤੇ ਇੱਕ ਹਥਿਆਰ ਵਜੋਂ ਤਿਆਰ ਕਰ ਰਹੇ ਸੀ ਮੈਂਸ਼ਵਿਕਸ ਅਤੇ ਬੋਲਸ਼ਵਿਕਸ ਤੋਂ ਇਲਾਵਾ ਸੋਸ਼ਲਿਸਟ ਰੈਵੋਲਿਊਸ਼ਨਰੀ ਪਾਰਟੀ ਵੀ ਹੁੰਦੀ ਸੀਗੀ ਜੋ ਕਿ ਗਰੀਬਾਂ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦੀ ਸੀ 1904 ਦੇ ਵਿੱਚ ਰਸ਼ੀਆ ਅਤੇ ਜਾਪਾਨ ਵਿੱਚ ਜੰਗ ਛਿੜ ਜਾਂਦੀ ਹੈ ਜਿਹੜੀ ਕਿ 1905 ਵਿੱਚ ਖਤਮ ਹੁੰਦੀ ਹੈ ਜਿਸ ਵਿੱਚ ਕਿ ਜਾਪਾਨ ਜੰਗ ਜਿੱਤ ਜਾਂਦਾ ਹੈ
ਤੇ ਮਾਡਰਨ ਹਿਸਟਰੀ ਦੇ ਵਿੱਚ ਇੰਜ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਏਸ਼ੀਅਨ ਪਾਵਰ ਨੇ ਯੂਰਪੀਅਨ ਪਾਵਰ ਨੂੰ ਹਰਾਇਆ ਹੋਵੇ। ਦੋਸਤੋ ਇਸ ਜੰਗ ਦੇ ਦੌਰਾਨ ਰਸ਼ੀਆ ਵਿੱਚ 1905 ਦੇ ਅੰਦਰ ਇੱਕ ਧਰਨਾ ਪ੍ਰਦਰਸ਼ਨ ਹੁੰਦਾ ਹੈ ਆਟੋਕ੍ਰੇਸੀ ਦੇ ਖਿਲਾਫ। ਆਟੋਕ੍ਰੇਸੀ ਦਾ ਮਤਲਬ ਹੈ ਬਾਦਸ਼ਾਹਤ। ਤੇ ਇਸ ਧਰਨੇ ਦੇ ਲੀਡਰ ਸੀਗੇ ਫਾਦਰ ਗਪੌਨ ਜੋ ਕਿ ਇੱਕ ਆਰਥੋਡਾਕਸ ਪ੍ਰੀਸਟ ਸੀਗੇ। ਤੇ ਦੋਸਤੋ ਇਸ ਧਰਨੇ ਦੇ ਵਿੱਚ ਪ੍ਰਦਰਸ਼ਨਕਾਰੀ ਆਪਣੀਆਂ ਘਰਵਾਲੀਆਂ ਤੇ ਆਪਣੇ ਬੱਚਿਆਂ ਸਮੇਤ ਸੀਗੇ। ਹੁਣ ਦੋਸਤੋ ਉਹਨਾਂ ਸਮਿਆਂ ਦੇ ਵਿੱਚ ਰਾਜੇ ਕਿੱਥੇ ਹੀ ਲੋਕਾਂ ਦੀ ਸੁਣਦੇ ਹੁੰਦੇ ਸੀ ਤੇ ਉੱਥੇ ਪਹਿਲਾਂ ਹੀ ਜੰਗ ਲੱਗੀ ਹੋਈ ਸੀ, ਟੈਂਸ਼ਨ ਉਹਨਾਂ ਨੂੰ ਪਹਿਲਾਂ ਹੀ ਬਹੁਤ ਸੀ। ਤਾਂ ਰਾਜੇ ਨੇ ਜ਼ਾਰ ਨਿਕੋਲਸ ਨੇ ਬਿਨਾਂ ਸੋਚੇ ਸਮਝੇ ਇੱਕ ਅਜਿਹਾ ਫੈਸਲਾ ਲੈ ਲਿਆ ਜੋ ਕਿ 1917 ਦੇ ਇਨਕਲਾਬ ਦੀ ਬੁਨਿਆਦ ਬਣ ਗਿਆ। ਰਾਜੇ ਨੇ ਫੈਸਲਾ ਦੇ ਦਿੱਤਾ ਕਿ ਸਾਰੇ ਧਰਨੇ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਣ। ਜਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਹਜ਼ਾਰਾਂ ਲੋਕਾਂ ਉੱਤੇ ਗੋਲੀਆਂ ਚਲਵਾਈਆਂ ਸੀ, ਉਸੇ ਹੀ ਤਰ੍ਹਾਂ ਜ਼ਾਰ ਨਿਕੋਲਸ ਨੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੇ ਇਸ ਦਿਨ ਨੂੰ ਅੱਜ ਵੀ ਰਸ਼ੀਆ ਦੇ ਅੰਦਰ ਬਲੱਡੀ ਸੰਡੇ ਦੇ ਨਾਂ ਤੋਂ ਯਾਦ ਕੀਤਾ ਜਾਂਦਾ ਹੈ। ਬਲੱਡੀ ਸੰਡੇ ਤੋਂ ਬਾਅਦ ਪੂਰੇ ਰਸ਼ੀਆ ਦੇ ਅੰਦਰ ਸਟ੍ਰਾਈਕਸ ਅਤੇ ਧਰਨੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਫੌਜੀ ਵੱਡੀ ਗਿਣਤੀ ਦੇ ਵਿੱਚ ਬਗਾਵਤ ਕਰਦੇ ਨੇ ਅਤੇ ਇਨਕਲਾਬੀਆਂ ਨਾਲ ਜਾ ਕੇ ਜੁੜਨ ਲੱਗ ਜਾਂਦੇ ਨੇ। ਮਜ਼ਦੂਰ ਆਪਣੀ ਸੋਵੀਅਤ ਬਣਾ ਲੈਂਦੇ ਨੇ ਤੇ ਉਹ ਸੋਵੀਅਤ ਅੱਗੇ ਚੱਲ ਕੇ 1917 ਦੇ ਇਨਕਲਾਬ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੀ ਹੈ। 1905 ਦੇ ਵਿੱਚ ਜੰਗ ਖਤਮ ਹੁੰਦੀ ਹੈ ਤੇ ਵਿਦਰੋਹ ਨੂੰ ਸ਼ਾਂਤ ਕਰਨ ਵਾਸਤੇ ਜ਼ਾਰ ਨਿਕੋਲਸ ਕੁਝ ਨਵੇਂ ਕਾਨੂੰਨ ਲਿਆਉਂਦੇ ਨੇ ਜਿਨ੍ਹਾਂ ਵਿੱਚ ਕਿ ਸਪੀਚ, ਪ੍ਰੈਸ ਅਤੇ ਐਸੋਸੀਏਸ਼ਨ ਦੀ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਇੱਕ ਇਲੈਕਟਿਡ ਲੈਜਿਸਲੇਚਰ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਦੀ ਭਾਸ਼ਾ ਵਿੱਚ ਇਲੈਕਟਿਡ ਲੈਜਿਸਲੇਚਰ ਨੂੰ ਡੂਮਾ ਆਖਿਆ ਜਾਂਦਾ ਹੈ। ਤੇ ਇਹਨਾਂ ਫੈਸਲਿਆਂ ਦੇ ਅਮਲ ਹੋਣ ਤੋਂ ਬਾਅਦ ਰਸ਼ੀਆ ਇੱਕ ਕਨਸਟੀਟਿਊਸ਼ਨਲ ਮੋਨਾਰਕੀ ਬਣਨ ਜਾ ਰਿਹਾ ਸੀ। ਦੋਸਤੋ ਰਸ਼ੀਆ ਦਾ ਨਵਾਂ ਬਣਿਆ ਇਲੈਕਟਿਡ ਲੈਜਿਸਲੇਚਰ ਜਿਹਨੂੰ ਕਿ ਉਹ ਆਪਣਾ ਡੂਮਾ ਵੀ ਕਹਿੰਦੇ ਸੀ, ਉਸ ਕੋਲ ਬਹੁਤੀਆਂ ਤਾਕਤਾਂ ਤਾਂ ਨਹੀਂ ਸੀਗੀਆਂ, ਪਰ ਉਸਦਾ ਲੋਕਾਂ ਨੂੰ ਇਹ ਫਾਇਦਾ ਹੋਇਆ ਕਿ ਬਹੁਤ ਸਾਰੀਆਂ ਪਾਰਟੀਆਂ ਤੇ ਜਥੇਬੰਦੀਆਂ ਬਣਨੀਆਂ ਸ਼ੁਰੂ ਹੋ ਗਈਆਂ। 1905 ਦਾ ਮੈਨੀਫੈਸਟੋ 1917 ਦੇ ਇਨਕਲਾਬ ਦਾ ਬੁਨਿਆਦ ਬਣਿਆ। ਦੋਸਤੋ ਰਸ਼ੀਅਨ ਰੈਵੋਲਿਊਸ਼ਨ ਦੇ ਭਾਂਬੜ ਨੂੰ ਆਖਰੀ ਤਿੱਲੀ 1914 ਵਿੱਚ ਲੱਗਦੀ ਹੈ ਜਦ ਰਸ਼ੀਆ ਵਰਲਡ ਵਾਰ 1 ਦੇ ਵਿੱਚ ਹਿੱਸਾ ਲੈਂਦਾ। ਵਰਲਡ ਵਾਰ 1 ਦੇ ਵਿੱਚ ਹਿੱਸਾ ਲੈਣਾ ਰਸ਼ੀਆ ਦਾ ਸਭ ਤੋਂ ਵੱਧ ਇਮੈਚਿਓਰ ਅਤੇ ਬੇਵਕੂਫਾਨਾ ਡਿਸੀਜਨ ਸੀ। ਜ਼ਾਰ ਨਿਕੋਲਸ II ਵਰਲਡ ਵਾਰ ਰਾਹੀਂ ਕੌਂਸਟੈਂਟੀਨੋਪਲ ਅਤੇ ਸਟੇਟਸ ਆਫ ਡਾਰਡਨਲਸ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਪਰ ਉੱਥੇ ਕਬਜ਼ਾ ਕਰਨਾ ਤਾਂ ਦੂਰ ਦੀ ਗੱਲ, ਉਹਨੇ ਤਾਂ ਆਪਣਾ ਰਸ਼ੀਅਨ ਅੰਪਾਇਰ ਵੀ ਗਵਾ ਲਿਆ। ਦੋਸਤੋ ਅਸਲ ਵਿੱਚ ਗੱਲ ਇਹ ਸੀ ਕਿ ਰਸ਼ੀਆ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਵਿਕਸਿਤ ਸੀ ਤੇ ਜੰਗ ਵਿੱਚ ਰਸ਼ੀਆ ਦੀ ਫੌਜ ਅਸਮਰੱਥ ਸਾਬਿਤ ਹੋਈ। ਫਰਵਰੀ 1917 ਤੱਕ ਰਸ਼ੀਆ ਦੇ 6 ਲੱਖ ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਸੀ। ਜਦੋਂ ਜ਼ਾਰ ਨਿਕੋਲਸ II ਨੇ ਜੰਗ ਵਿੱਚ ਜਾਣ ਦਾ ਫੈਸਲਾ ਲਿਆ ਤਾਂ ਉਸਨੇ ਆਪਣੇ ਰਾਜਪਾਟ ਦੀ ਜ਼ਿੰਮੇਵਾਰੀ ਆਪਣੀ ਵਾਈਫ ਅਲੈਗਜ਼ੈਂਡਰਾ ਨੂੰ ਦੇ ਦਿੱਤੀ। ਦੋਸਤੋ ਰਸ਼ੀਆ ਦਾ ਬਾਦਸ਼ਾਹ ਜ਼ਾਰ ਨਿਕੋਲਸ II ਆਪਣੀ ਵਾਈਫ ਅਲੈਗਜ਼ੈਂਡਰਾ ਦੇ ਦਬਾਅ ਹੇਠ ਸੀ ਤੇ ਉਸਦੀ ਵਾਈਫ ਰੈਸਪੂਟਿਨ ਨਾਮ ਦੇ ਕਿਸੇ ਇਨਸਾਨ ਦੇ ਇਨਫਲੂਐਂਸ ਵਿੱਚ ਸੀਗੀ। ਇਹ ਕਹਿਣਾ ਵੀ ਗਲਤ ਨਹੀਂ ਹੋਊਗਾ ਕਿ ਰੈਸਪੂਟਿਨ ਹੀ ਉਸ ਵਕਤ ਸਰਕਾਰ ਚਲਾ ਰਿਹਾ ਸੀ ਤੇ ਰੈਸਪੂਟਿਨ ਅਤੇ ਉਸਦੀ ਵਾਈਫ ਅਲੈਗਜ਼ੈਂਡਰਾ ਦੇ ਅਫੇਅਰ ਦੇ ਚਰਚੇ ਗਲੀਆਂ ਵਿੱਚ ਆਮ ਸੀਗੇ। ਦੋਸਤੋ ਸ਼ਾਹੀ ਪਰਿਵਾਰ ਉੱਤੇ ਰੈਸਪੂਟਿਨ ਦੇ ਇਸ ਪ੍ਰਭਾਵ ਤੋਂ ਰਸ਼ੀਅਨ ਨੋਬਲਸ ਬਹੁਤ ਤੰਗ ਸੀ। ਉਹਨਾਂ ਨੇ ਆਪਣੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਰੈਸਪੂਟਿਨ ਦਾ ਮਰਡਰ ਕਰਵਾ ਦਿੱਤਾ, ਪਰ ਉਦੋਂ ਤੱਕ ਬਹੁਤ ਸਾਰੇ ਰਸ਼ੀਅਨਸ ਜ਼ਾਰ ਦੀ ਲੀਡਰਸ਼ਿਪ ਤੋਂ ਵਿਸ਼ਵਾਸ ਖੋ ਚੁੱਕੇ ਸੀ। ਅਨਾਜ ਮਹਿੰਗਾ ਹੋ ਰਿਹਾ ਸੀ, ਕਰਪਸ਼ਨ ਨੇ ਲੋਕਾਂ ਨੂੰ ਤੰਗ ਕਰ ਰੱਖਿਆ ਸੀ, ਫੌਜੀ ਲਗਾਤਾਰ ਸ਼ਹੀਦ ਹੋ ਰਹੇ ਸੀ, ਫੌਜ ਦੀਆਂ ਅਲੱਗ ਅਲੱਗ ਜਥੇਬੰਦੀਆਂ ਬਗਾਵਤ ਕਰ ਰਹੀਆਂ ਸੀ, ਲੋਕਾਂ ਅੰਦਰ ਬੇਚੈਨੀ ਆ ਰਹੀ ਸੀ, ਹਾਲਾਤ ਪੂਰੇ ਰੈਵੋਲਿਊਸ਼ਨ ਵੱਲ ਜਾ ਰਹੇ ਸੀ। ਦੋਸਤੋ ਲੈਨਿਨ ਦਾ ਮੰਨਣਾ ਸੀ ਕਿ ਇੱਕ ਸਫਲ ਇਨਕਲਾਬ ਲਿਆਉਣ ਵਾਸਤੇ ਦੋ ਕੰਡੀਸ਼ਨਸ ਹੋਣੀਆਂ ਬਹੁਤ ਜ਼ਰੂਰੀ ਨੇ। ਪਹਿਲੀ ਕੰਡੀਸ਼ਨ ਇਹ ਸੀ ਕਿ ਆਮ ਲੋਕਾਂ ਨੂੰ ਇਨਕਲਾਬ ਦੀ ਇੰਪੋਰਟੈਂਸ ਪਤਾ ਹੋਣੀ ਚਾਹੀਦੀ ਹੈ, ਇਨਕਲਾਬ ਦੀ ਅਹਿਮੀਅਤ ਕੀ ਹੈ ਉਹ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ, ਜਿਸ ਵਾਸਤੇ ਕਿ ਉਹ ਆਪਣੀ ਜਾਨ ਦੇਣ ਨੂੰ ਵੀ ਤਿਆਰ ਰਹਿਣ। ਦੂਸਰੀ ਗੱਲ ਇਹ ਸੀ ਕਿ ਜਿਹੜੀ ਆਲਰੇਡੀ ਐਸਟੈਬਲਿਸ਼ਡ ਪਾਵਰ ਆ, ਜਿਹੜੀ ਸਥਾਪਿਤ ਧਿਰ ਹੈ, ਉਸਦੀ ਹਾਲਤ ਬੁਰੀ ਹੋਣੀ ਚਾਹੀਦੀ ਆ, ਉਸਨੂੰ ਕ੍ਰਾਈਸਿਸ ਤਾਂ ਹੋਣਾ ਚਾਹੀਦਾ ਤਾਂ ਕਿ ਉਸਨੂੰ ਆਸਾਨੀ ਨਾਲ ਓਵਰਥਰੋ ਕੀਤਾ ਜਾ ਸਕੇ। ਸੋ ਦੋਸਤੋ 1917 ਫਰਵਰੀ ਦੇ ਵਿੱਚ ਫਾਈਨਲੀ ਇਨਕਲਾਬ ਆ ਜਾਂਦਾ ਤੇ ਮੈਂਸ਼ਫਿਕਸ ਸੇਂਟ ਪੀਟਰਸਬਰਗ ਅਤੇ ਮਾਸਕੋ ਤੇ ਕਬਜ਼ਾ ਕਰ ਲੈਂਦੇ ਨੇ। ਡੂਮਾ ਰਾਹੀਂ ਉਹ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਰਸ਼ੀਆ ਵਿੱਚ ਰਾਜ ਕਰਨਾ ਸ਼ੁਰੂ ਕਰਦੇ ਨੇ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਅਗਵਾਈ ਅਲੈਗਜ਼ੈਂਡਰ ਕਰੈਂਸਕੀ ਨੂੰ ਸੌਂਪੀ ਜਾਂਦੀ ਹੈ ਤੇ ਫਿਰ ਡੂਮਾ ਰਾਹੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਬਣਾਈ ਜਾਂਦੀ ਹੈ ਤੇ ਜ਼ਾਰ ਨਿਕੋਲਸ II ਨੂੰ ਰਾਜ ਗੱਦੀ ਛੱਡਣ ਤੇ ਮਜਬੂਰ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਸੈਂਕੜੇ ਸਾਲਾਂ ਤੋਂ ਚੱਲ ਰਹੀ ਰੋਮਨੋਵ ਡਾਇਨੈਸਟੀ ਦਾ ਰਸ਼ੀਆ ਵਿੱਚ ਅੰਤ ਹੋ ਜਾਂਦਾ ਹੈ। ਕਰੈਂਸਕੀ ਸਰਕਾਰ ਨੇ ਆਉਂਦੇ ਹੀ ਕੁਝ ਨਵੇਂ ਫੈਸਲੇ ਦਿੱਤੇ, ਜਿਵੇਂ ਕਿ ਫਰੀਡਮ ਆਫ ਸਪੀਚ, ਇਕੁਆਲਿਟੀ ਬਿਫੋਰ ਲਾਅ, ਰਾਈਟਸ ਆਫ ਯੂਨੀਅਨਸ ਟੂ ਸਟ੍ਰਾਈਕ ਐਂਡ ਆਰਗੇਨਾਈਜ਼ ਵਰਗੇ ਨਵੇਂ ਕਾਨੂੰਨ ਲਿਆਂਦੇ ਗਏ ਤੇ ਇਸ ਦੇ ਨਾਲ ਹੀ ਵਰਲਡ ਵਾਰ ਵਿੱਚ ਜੰਗ ਜਾਰੀ ਰੱਖੀ। ਦੋਸਤੋ ਅਸਲ ਵਿੱਚ ਜਿਹੜੇ ਰਸ਼ੀਆ ਦੇ ਲੋਕਾਂ ਵਿੱਚ ਅਨਰੈਸਟ ਸੀਗੀ ਉਸਦਾ ਅਸਲ ਕਾਰਨ ਵਰਲਡ ਵਾਰ ਹੀ ਸੀ। ਕਰੈਂਸਕੀ ਨੂੰ ਜੰਗ ਰੋਕ ਦੇਣੀ ਚਾਹੀਦੀ ਸੀ, ਲੇਕਿਨ ਉਸਦੇ ਬਾਵਜੂਦ ਉਹਨੇ ਜੰਗ ਜਾਰੀ ਰੱਖੀ, ਜਿਸ ਦੇ ਕਰਕੇ ਰਸ਼ੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਗਈਆਂ।
ਰਸ਼ੀਆ ਦੇ ਵਿੱਚ ਫੂਡ ਸਪਲਾਈ ਦੇ ਵਿੱਚ ਪ੍ਰੋਬਲਮਸ ਆ ਗਈਆਂ, ਲੋਕਾਂ ਦੇ ਅੰਦਰ ਬੇਚੈਨੀ ਪੈਦਾ ਹੋਣ ਲੱਗੀ, ਮਜ਼ਦੂਰ ਭੁੱਖੇ ਮਰਨ ਲੱਗੇ ਤੇ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਅਨਾਜ ਦੀ ਕਮੀ ਹੋਣ ਕਾਰਨ ਦੰਗੇ ਹੋਣ ਲੱਗੇ। ਮੈਂਸ਼ੇਵਿਕਸ ਦੀ ਬਣਾਈ ਗਈ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਇਨਕੈਪੇਬਿਲਿਟੀ ਤੇ ਮਿਸਮੈਨੇਜਮੈਂਟ ਕਰਕੇ ਉਹਨਾਂ ਦੀ ਸਰਕਾਰ ਬਹੁਤਾ ਟਾਈਮ ਨਹੀਂ ਚੱਲੀ। ਉਸੇ ਹੀ ਸਾਲ 1917 ਦੇ ਵਿੱਚ ਅਕਤੂਬਰ ਦੇ ਵਿੱਚ ਦੁਬਾਰਾ ਰੈਵੋਲਿਊਸ਼ਨ ਆਉਂਦੀ ਹੈ, ਜਿਸ ਨੂੰ ਕਿ ਅਸੀਂ ਅਕਤੂਬਰ ਰੈਵੋਲਿਊਸ਼ਨ ਜਾਂ ਫਿਰ ਬੋਲਸ਼ੇਵਿਕ ਰੈਵੋਲਿਊਸ਼ਨ ਵੀ ਕਹਿੰਦੇ ਹਾਂ। ਬੋਲਸ਼ੇਵਿਕਸ ਦੇ ਲੀਡਰ ਲੈਨਿਨ, ਇਹਨਾਂ ਨੇ ਲੋਕਾਂ ਦੀਆਂ 4 ਮੁੱਖ ਮੰਗਾਂ ਮੰਨ ਲਈਆਂ ਸੀ। ਪਿਛਲੀ ਸਰਕਾਰ ਨੇ ਵੀ ਕੋਸ਼ਿਸ਼ ਕੀਤੀ ਸੀ, ਪਰ ਆਪਣੀ ਇਨਕੈਪੇਬਿਲਿਟੀ ਦੇ ਕਾਰਨ ਉਹ ਉਹਨਾਂ ਮੰਗਾਂ ਨੂੰ ਪੂਰੀ ਨਹੀਂ ਕਰ ਪਾਈ। ਲੋਕਾਂ ਦੀਆਂ 4 ਮੁੱਖ ਮੰਗਾਂ ਸੀਗੀਆਂ, ਇਕੁਅਲ ਸਟੇਟਸ, ਲੈਂਡ ਟੂ ਦਾ ਟਿਲਰ, ਇੰਡਸਟਰੀ ਕੰਟਰੋਲ ਤੇ ਸਭ ਤੋਂ ਜ਼ਰੂਰੀ ਚੀਜ਼ ਪੀਸ। ਇਹ 4 ਮੁੱਖ ਮੰਗਾਂ ਪੂਰੀਆਂ ਕਰਨ ਦੇ ਵਿੱਚ ਪ੍ਰੋਵਿੰਸ਼ੀਅਲ ਗਵਰਨਮੈਂਟ ਫੇਲ ਹੋ ਗਈ ਸੀ ਤੇ ਲੈਨਿਨ ਨੇ ਇਹਨਾਂ ਮੰਗਾਂ ਨੂੰ ਅਮਲ ਕਰਨ ਲਈ ਕਲੀਅਰ ਪਾਲਿਸੀ ਸਾਹਮਣੇ ਰੱਖਤੀ। ਜੰਗ ਨੂੰ ਖਤਮ ਕਰਨ ਦੀ ਕਲੀਅਰ ਪਾਲਿਸੀ ਲੈਨਿਨ ਨੇ ਲੋਕਾਂ ਦੇ ਸਾਹਮਣੇ ਰੱਖਤੀ, ਜਿਹਦੇ ਕਰਕੇ ਲੋਕ ਲੈਨਿਨ ਦੇ ਵੱਲ ਹੋ ਗਏ। ਲੈਨਿਨ ਲੋਕਾਂ ਸਾਹਮਣੇ ਜੰਗ ਖਤਮ ਕਰਨ ਦੀ ਗੱਲ ਕਰਦੇ ਨੇ, ਇਸ ਦੇ ਨਾਲ ਹੀ ਜਿਹੜਾ ਮਜ਼ਦੂਰ ਜਿੰਨੀ ਜ਼ਮੀਨ ਨੂੰ ਵਾਹਿਆ ਹੁੰਦਾ ਹੈ ਉਸ ਜ਼ਮੀਨ ਨੂੰ ਮਜ਼ਦੂਰਾਂ ਦੇ ਨਾਲ ਲਵਾਉਣ ਦੀ ਗੱਲ ਕਰਦੇ ਨੇ ਤੇ ਇਸ ਦੇ ਨਾਲ ਨਾਰਾ ਵੀ ਦਿੰਦੇ ਨੇ ਆਲ ਪਾਵਰ ਟੂ ਦ ਸੋਵੀਅਤਸ। ਲੈਨਿਨ ਇੱਕ ਸੋਵੀਅਤ ਸਰਕਾਰ ਬਣਾਉਣਾ ਚਾਹੁੰਦੇ ਸੀ ਜਿਹੜੀ ਕਿ ਆਮ ਗਰੀਬ ਮਜ਼ਦੂਰਾਂ ਦੀ, ਫੌਜੀਆਂ ਦੀ, ਦਿਹਾੜੀਦਾਰਾਂ ਦੀ ਤੇ ਹੋਰ ਤਰ੍ਹਾਂ ਦੇ ਜਿਹੜੇ ਲੋਕ ਸਮਾਜ ਵਿੱਚ ਵੱਸਦੇ ਨੇ ਉਹਨਾਂ ਦੀ ਕਾਉਂਸਲ ਰਾਹੀਂ ਚਲਾਈ ਜਾਵੇ। ਨਵੰਬਰ ਵਿੱਚ ਬੋਲਸ਼ੇਵਿਕਸ ਵਿੰਟਰ ਪੈਲਸ ਤੇ ਸਾਰੀਆਂ ਸਰਕਾਰੀ ਬਿਲਡਿੰਗਾਂ ਤੇ ਆਪਣਾ ਕਬਜ਼ਾ ਕਰ ਲੈਂਦੇ ਨੇ ਤੇ ਫਿਰ ਆਲ ਰਸ਼ੀਅਨ ਕਾਂਗਰਸ ਦੀ ਮੀਟਿੰਗ ਹੁੰਦੀ ਹੈ ਜਿਸ ਵਿੱਚ ਉਹ ਆਪਣੀ ਸਰਕਾਰ ਦਾ ਐਲਾਨ ਕਰ ਦਿੰਦੇ ਨੇ ਤੇ ਆਪਣੀ ਸਰਕਾਰ ਦੇ ਵਿੱਚ ਉਹ ਆਪਣਾ ਲੀਡਰ ਚੁਣਦੇ ਨੇ ਜਿਸ ਦਾ ਨਾਮ ਹੁੰਦਾ ਹੈ ਵਲਾਦਿਮੀਰ ਲੈਨਿਨ, ਦ ਹੀਰੋ ਆਫ ਰਸ਼ੀਅਨ ਰੈਵੋਲਿਊਸ਼ਨ। ਸੋ ਦੋਸਤੋ, ਇਹ ਵੀਡੀਓ ਸੀਗੀ ਰਸ਼ੀਅਨ ਰੈਵੋਲਿਊਸ਼ਨ ਉੱਤੇ ਤੇ ਰੈਵੋਲਿਊਸ਼ਨ ਤੋਂ ਬਾਅਦ ਜਦ ਲੈਨਿਨ ਦੀ ਸੋਵੀਅਤ ਸਰਕਾਰ ਰਸ਼ੀਆ ਤੇ ਰਾਜ ਕਰਦੀ ਹੈ ਤਾਂ ਰਸ਼ੀਆ ਵਿੱਚ ਕੀ ਬਦਲਾਵ ਆਉਂਦੇ ਨੇ, ਕਿਹੜੀਆਂ ਤਬਦੀਲੀਆਂ ਆਉਂਦੀਆਂ ਨੇ, ਇਸ ਬਾਰੇ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ। ਸੋ ਦੋਸਤੋ, ਜੇਕਰ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਫਿਊਚਰ ਅਪਡੇਟਸ ਵਾਸਤੇ ਸਾਡੇ ਚੈਨਲ ਨਿਰਵੈਰ ਵਿਜ਼ਡਮ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਹੁਤ ਬਹੁਤ ਧੰਨਵਾਦ।